ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਡੇ ਕਮੈਂਟ ਆ ਰਹੇ ਸੀਗੇ ਕਿ ਕਿਡਸ ਵਾਸਤੇ ਵਟਾਲੀ ਦਸਤਾਰ ਦਾ ਟਿਊਟੋਰੀਅਲ ਲੈ ਕੇ ਆਮਾ ਮੈਂ ਫੁੱਲ ਵੈਲ ਕਪੜੇ ਦੇ ਵਿੱਚ ਤੇ ਅੱਜ ਮੈਂ ਉਹੀ ਵੀਡੀਓ ਲੈ ਕੇ ਆਇਆ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਪੜੇ ਦੀ ਥੋੜੀ ਜੀ ਡਿਟੇਲ ਦੇ ਦਵਾਂ ਆਪਣਾ ਜਿਹੜਾ ਕਪੜਾ ਹੈ 5.5 ਮੀਟਰ ਫੁੱਲ ਵੈਲ ਕਪੜਾ ਹੈ ਜੀ ਤੇ ਮੈਂਟਾ ਕਲਰ ਦਾ ਦਸਤਾਰ ਦਾ ਤੇ ਉਸ ਤੋਂ ਪਹਿਲਾਂ ਜਿਵੇਂ ਅਸੀਂ ਤੁਹਾਨੂੰ ਬੇਸ ਬੰਨਣਾ ਸਿ ਜਾਣਾ ਸਿਖਾ ਰਹੇ ਹਾਂ ਇਸ ਤਰੁਕੇ ਨਾਲ ਤੁਸੀਂ ਬੇਸ ਸਜਾ ਲੈਣਾ ਹੈ ਤੁਸੀਂ ਲੈਫਟ ਸਾਈਡ ਤੇ ਜੁੜਾ ਸਾਈਪ ਕਰੋ ਜਾਂ ਨਾ ਕਰੋ ਕੋਈ ਚੱਕਰ ਨਹੀਂ ਜਾਂ ਤੁਸੀਂ ਬੇਸ ਬੰਦਦੇ ਹੋ ਤਾਂ ਬੇਸ ਸਜਾ ਸਕਦੇ ਹੋ ਨਾਲ ਬਸ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਦਸਤਾਰ ਲੈ ਲੈਣੀ ਹੈ ਮੇਰੇ ਛੋਟੇ ਵੀਰੋ ਤੇ ਨਾਰਮਲੀ ਇਹ ਦਸਤਾਰ ਹੈ ਜਿਹੜੀ 5.5 ਮੀਟਰ ਦੀ ਦਸਤਾਰ ਤੇ ਹੋ ਸਕਦਾ ਕਈਆਂ ਨੇ 5 ਮੀਟਰ ਦੇ 5 ਲਾੜਾਂ ਦੇ ਹੁਣ ਕਈਆਂ ਨੇ 4.5 ਦੇ ਜਾਂਦੇ ਹੁਣ ਬਟ ਤੁਸੀਂ ਇਸ ਚੀਜ਼ ਲਈ ਕੋਈ ਵੀ ਪ੍ਰੋਬਲਮ ਕ੍ਰੀਏਟ ਨਹੀਂ ਕਰਨੀ ਆਪਣੇ ਆਪ ਲਈ ਤੁਹਾਡੇ ਜਿੰਨੀ ਦਸਤਾਰ ਪੂਰੀਆਂ ਦੀ ਤੁਸੀਂ ਉਨੀ ਦਸਤਾਰ ਹੀ ਯੂਜ਼ ਕਰਨੀ ਹੈ ਮੇਰੇ ਵੀਰੋ ਤੇ ਜਿਵੇਂ ਤੁਸੀਂ ਬੇਸ ਦੇਖ ਰਹੇ ਹੋ ਕੀ ਆਪਾਂ ਜਿੰਨਾ ਪੱਲਾ ਹੈ ਉਹਨਾਂ ਉੱਪਰੋਂ ਜੀ ਪਿੰਚ ਕਰਕੇ ਅਸੀਂ ਕੰਧ ਦੇ ਉੱਪਰੋਂ ਜੀ ਪੱਲਾ ਲੈ ਜਾ ਕੇ ਬਾਕੀ ਬਸ ਦੇ ਹਿੱਸੇ ਨੂੰ ਅਸੀਂ ਅੰਦਰ ਲਗਾ ਦਿੱਤਾ ਹੈ ਕੋਸ਼ਿਸ਼ ਕਰਨਾ ਜੇ ਤੁਸੀਂ ਬੇਸ ਬੰਨਿਆ ਤਾਂ ਉਹਨੂੰ نیچے ਪਿੰਚ ਕਰਕੇ ਰੱਖਣ ਦਾ ਕਿ ਜਿਹੜਾ ਬੇਸ ਆ ਤੁਹਾਡਾ ਦਸਤਾਰ ਦੇ نیچے ਹੀ ਆਵੇ ਏਸ ਦੇ ਉੱਪਰੋਂ ਅਸੀਂ 50 ਸਜਾ ਲੈਣੀ ਹੈ 50 ਦੇ ਪਿੱਛੇ ਇੱਕ ਗੱਠ ਮਾਰਨੀ ਹੈ ਤੇ ਬਾਕੀ ਬਸ ਦੇ ਕੱਪੜੇ ਨੂੰ ਅਸੀਂ ਅੰਦਰ ਨੂੰ ਲਗਾ ਦੇਣਾ ਹੈ ਤੇ ਹੁਣ ਅਸੀਂ ਦਸਤਾਰ ਸਜੋਣੀ ਸ਼ੁਰੂ ਕਰਾਂਗੇ ਜਿਹੜੀ ਆਪਣੀ ਪੂਣੀ ਹੈ ਪੂਣੀ ਦੀ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ ਪੂਣੀ ਨੋਰਮਲ ਤਰੀਕੇ ਨਾਲ ਹੀ ਕੀਤੀ ਹੈ ਜਿਵੇਂ ਸਾਰੀਆਂ ਦਸਤਾਰਾ ਦੀ ਪੂਣੀ ਕੀਤੀ ਜਾਂਦੀ ਹੈ ਮੇਰੇ ਵੀਰੋ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਤਾਂ ਪੇਜ ਨੂੰ ਇਸ ਤਰੀਕੇ ਨਾਲ ਮੂਹ ਦੇ ਵਿੱਚ ਫੜ ਲੈਣਾ ਹੈ ਜਿੰਨਕ ਤੁਸੀਂ ਫੜਦੇ ਹੋ ਤੇ ਇਸ ਤਰ੍ਹਾਂ ਪਹਿਲੇ ਪੇਜ ਨੂੰ ਲਗਾ ਲੈਣਾ ਹੈ ਇਸ ਪੇਜ ਨੂੰ ਅਸੀਂ ਅੰਦਰ ਫੋਲਡ ਨਹੀਂ ਕਰਨਾ ਸਿੰਗਲ ਉੱਪਰ ਵਾਲੇ ਪੱਲੇ ਨੂੰ ਫੜ ਲੈਣਾ ਹੈ ਫੜ ਕੇ ਪਹਿਲਾਂ ਤਾਂ ਇਹਨੂੰ ਸੈੱਟ ਕਰਨਾ ਚੰਗੀ ਤਰ੍ਹਾਂ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਇੱਕ ਲੇਅਰ ਬਣਾ ਲੈਣੀ ਹੈ ਇਹ ਨਾ ਹੋਵੇ ਕਿ ਤੁਹਾਡਾ ਅੱਖ ਵਾਲਾ ਪੱਲਾ ਦੋ ਦੋ ਲੜ ਦਿਖਦੇ ਹੋਣ ਐਦਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਨਾਲ ਠੀਕ ਹੈ ਤੇ ਉੱਪਰੋ ਜੀ ਵੱਟ ਬਣਾ ਕੇ ਇੱਕ ਜਗ੍ਹਾ ਤੇ ਪਿੰਜ ਕਰਕੇ ਰੱਖ ਲੈਣੇ ਆਂ। ਭਾਵੇਂ ਤਿੰਨ ਬਣਾਓ ਭਾਵੇਂ ਚਾਰ ਬਣਾਓ। ਵੱਟ ਸਿੱਧੇ-ਸਿੱਧੇ ਹੋਣੇ ਚਾਹੀਦੇ ਤੁਹਾਡੇ ਲਗਭਗ ਜਿਹੜਾ ਤੁਹਾਡੇ ਲਾੜਾ ਜਿਹੜੇ ਜ਼ਿਆਦਾ ਖਰਾਬ ਨਾ ਹੋਣ। ਤੇ ਪਹਿਲਾ ਲੜ ਹਮੇਸ਼ਾ ਖਿੱਚ ਕੇ ਲਗਾਣਾ ਹੈ। ਕੋਈ ਵੀ ਵੱਟ ਜ਼ਿਆਦਾ ਮੋਟਾ ਨਹੀਂ ਹੋਣਾ ਚਾਹੀਦਾ। ਇਸ ਗੱਲ ਤੇ ਵੀ ਤੁਸੀਂ ਬਹੁਤ ਜ਼ਿਆਦਾ ਧਿਆਨ ਦੇਣਾ ਹੈ। ਜੇ ਵੱਟ ਜ਼ਿਆਦਾ ਮੋਟਾ ਹੋਊਗਾ ਤਾਂ ਉਹ ਖਿਸਕੇਗਾ ਤੇ ਬਾਕੀ ਵਟਾਂ ਦੇ ਵਿੱਚੋਂ ਅਲੱਗ ਹੀ ਦਿਖਾਈ ਦੇਵੇਗਾ ਤੇ ਪਹਿਲੇ ਪੇਚ ਨੂੰ ਆਪਾਂ ਅੱਧੀ ਅੱਖ ਅੱਧੀ ਗਲ ਟਾ ਕੇ ਖਿੱਚ ਕੇ ਲੜ ਨੂੰ ਲਗਾ ਦੇਣਾ ਪਿੱਛੇ। ਇਹ ਮੋਟਾ ਹਿੱਸਾ ਹਮੇਸ਼ਾ ਅਸੀਂ ਉੱਪਰਲੇ ਪਾਸੇ ਹੀ ਰੱਖਣਾ ਹੈ ਤੇ ਅੱਖ ਹਮੇਸ਼ਾ ਟਾਕੇ ਰੱਖਣੀ ਆ ਬਾਅਦ ਦੇ ਵਿੱਚ ਅਸੀਂ ਅੱਖ ਨੂੰ ਘਟਾ ਸਕਦੇ ਹਾਂ ਪਰ ਬਾਅਦ ਦੇ ਵਿੱਚ ਖਿੱਚ ਕੇ ਥੱਲੇ ਨਹੀਂ ਕਰ ਸਕਦੇ ਹੁਣ ਜਿਵੇਂ ਤੁਹਾਨੂੰ ਅਸੀਂ ਦੱਸਿਆ ਸੀ ਕਿ ਮੋਟਾ ਹਿੱਸਾ ਉੱਪਰ ਰੱਖਣਾ ਹੈ ਤੇ ਉੱਪਰੋਂ ਜੀ ਪਿੰਚ ਕਰਕੇ ਇਸ ਲੜ ਨੂੰ ਲਗਾਉਣਾ ਹੈ ਦੋਨੋਂ ਪੱਲੇ ਬਰਾਬਰ ਕਰਨੇ ਨੇ ਤੇ ਉੱਪਰੋਂ ਜੀ ਪੇਚ ਨੂੰ ਖੋਲ ਕੇ ਸਾਫ਼ ਕਰਕੇ ਅੰਦਰ ਨੂੰ ਫੋਲਡ ਕਰਨਾ ਹੈ ਹੁਣ ਅਸੀਂ ਦੋਨੋਂ ਪੱਲਿਆਂ ਦੇ ਵੱਟ ਬਣਾਵਾਂਗੇ ਜਿੰਨੇ ਬਣ ਹੋ ਸਕਣ ਦੇਖੋ ਜਿਆਦਾ ਵੱਟ ਬਣਾਉਣ ਦੇ ਜੱਕਰ ਜੇ ਅਸੀਂ ਦਸਤਾਰ ਦੀ ਸ਼ੇਪ ਜਾਂ ਪਹਿਲੇ ਵੱਟਾਂ ਨੂੰ ਖਰਾਬ ਨਹੀਂ ਕਰਨਾ ਹੈ ਪਾਵੇਂ 4 ਬਣਦੇ ਆ ਭਾਵੇਂ 5 ਬਣਦੇ ਆ ਉਨੇ ਹੀ ਅਸੀਂ ਵਟ ਬਣਾ ਕੇ ਇੱਕ ਜਗ੍ਹਾ ਤੇ ਪਿੰਜ ਕਰਕੇ ਰੱਖ ਲੈਣਾ ਬਾਅਦ ਵਿੱਚ ਇਹਨਾਂ ਨੂੰ ਥੋੜਾ نیچے ਉਹੀ ਖੋਲਣਾ ਉਪਰੋਂ ਨਹੀਂ ਜਿੱਥੇ ਪਿੰਜ ਕਰਕੇ ਰੱਖਿਆ ਉਥੋਂ ਕਦੀ ਵਟ ਨਹੀਂ ਖੋਲੀਦੇ ਨਹੀਂ ਤਾਂ ਤੁਹਾਡੇ ਸਾਰੇ ਵਟ ਖੁੱਲ ਕੇ ਉੱਪਰ ਨੂੰ ਚਲ ਜਾਂਦੀ ਹੈ ਇਹ ਤੁਹਾਡੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਜਿਹੜੇ ਮੇਰੇ ਵੀਰ ਕਰਦੇ ਨੇ ਤੇ ਆਪਣੀ ਸੋਹਣੀ ਦਸਤਾਰ ਸਜਾਈ ਉਹਨਾਂ ਨੂੰ ਵੀ ਥੋੜਾ ਮੋਟਾ ਖਰਾਬ ਕਰ ਲੈਂਦੇ ਨੇ ਇਸ ਗੱਲ ਕਰਨ ਤੁਸੀਂ ਵਟ ਪਿੱਛੇ ਨੂੰ ਖੋਲਦੇ ਜਾਣਾ ਤੇ ਅੱਗੋ ਜਿੱਥੇ ਪਿੰਜ ਕੀਤਾ ਉਥੋਂ ਕਦੀ ਨਹੀਂ ਖੋਲਣੇ ਤੇ ਕੋਸ਼ਿਸ਼ ਕਰਨੀ ਹੈ ਕਿ ਪਹਿਲੇ ਦੂਜੇ ਲੜਦੇ ਜਿਹੜੇ ਅਸੀਂ ਵੱਟ ਬਣਾਏ ਆ ਇਹਨਾਂ ਦੀ ਜਿਹੜੀ ਸਪੇਸ ਆ ਸੀ ਨੇੜੇ ਰੱਖਣੀ ਆ ਕਿਉਂਕਿ ਦਸਤਾਰ ਨੂੰ ਨੀਚੋਂ ਦੀ ਹੀ ਬਾਹਰ ਨੂੰ ਕੱਢਦੇ ਜਾਣਾ ਹੈ ਅਸੀਂ ਤੇ ਇੱਕ ਗੱਲ ਦਾ ਧਿਆਨ ਰੱਖਿਓ ਇਹ ਵੀ ਕਿ ਜਿਹੜੀ ਤੁਹਾਡੀ ਦਸਤਾਰ ਹੈ ਜਾਂ ਜਿਹੜਾ ਕੰਨ ਆ ਤੁਹਾਡਾ ਬਾਹਰ ਦਿਖਾਈ ਨਾ ਦੇ ਜਿਹਦੇ ਕਾਰਨ ਕਿ ਤੁਹਾਡੀ ਦਸਤਾਰ ਸਜਾਉਣ ਤੋਂ ਬਾਅਦ ਤੁਹਾਡਾ ਕੰਨ ਬਾਹਰ ਦਿਖੂਗਾ ਤੇ ਉਹਦੇ ਕਾਰਨ ਤੁਹਾਡੀ ਦਸਤਾਰ ਦੀ ਸ਼ੇਪ ਥੋੜੀ ਜਿਹੀ ਖਰਾਬ ਹੋ ਸਕਦੀ ਹੈ ਫਿਰ ਇਸ ਪੱਲੇ ਨੂੰ ਵੀ ਆਪਾਂ ਪਿੱਛੋਂ ਦੀ ਪਿੰਚ ਕਰਕੇ ਪਹਿਲੇ ਪੱਲੇ ਨਾਲੋਂ ਥੋੜਾ ਜਿਹਾ ਨੀਵਾਂ ਲਗਾਵਾਂਗੇ ਉੱਪਰੋਂ ਜੀ ਲੜਨ ਨੂੰ ਥੋੜ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਫਿਰ ਅਸੀਂ ਇਸ ਪੱਲੇ ਦੇ ਮਤਲਬ ਕਿ ਦੋਨੋਂ ਪੱਲਿਆਂ ਦੇ ਵੱਟ ਬਣਾਣੇ ਨੇ ਸੈਂਟਰ ਦੇ ਵਿੱਚ ਪਹਿਲਾਂ ਉੱਪਰਲੇ ਪੱਲੇ ਨੂੰ ਪਿੰਚ ਕਰਨਾ ਹੈ ਦੇਖੋ ਜਿੰਨੇ ਹੋ ਸਕਣ ਜਿਵੇਂ ਤੁਹਾਨੂੰ ਕਿਹਾ ਕੋਈ ਗਿਣਤੀ ਨਹੀਂ ਕਰਨੀ ਹੈ ਵੱਟਾਂ ਦੀ ਜਿੰਨੇ ਬਣਦੇ ਹੋਣ ਉਨੇ ਬਣਾ ਕੇ ਰੱਖ ਲੈਣਾ ਆ ਪਹਿਲਾਂ ਉੱਪਰਲੇ ਪੱਲੇ ਦੇ ਵੱਟ ਬਣਾ ਲਏ ਫਿਰ ਨੀਚਲੇ ਪੱਲੇ ਦੇ ਵੱਟ ਬਣਾ ਲਏ ਤੇ ਰੱਖਣਾ ਸਾਰੇ ਨੂੰ ਇੱਕੋ ਜਗ੍ਹਾ ਤੇ ਆ ਫਿਰ ਉੱਪਰੋਂ ਪਿੰਚ ਕਰਨਾ ਹੈ ਤੇ ਖਿੱਚ ਕੇ ਲਾੜ ਨੂੰ ਰੱਖਣਾ ਹੈ ਚੰਗੀ ਤਰ੍ਹਾਂ ਖੱਬੇ ਹੱਥ ਤੋਂ ਤਾਂ ਜੋ ਤੁਹਾਡਾ ਜਿਹੜਾ ਲਾੜਾ ਉਹ ਖੁੱਲੇ ਨਾ ਜਦੋਂ ਆਪਾਂ ਲੜ ਨੂੰ ਖਿੱਚ ਕੇ ਨੀਨਾ ਰੱਖਦੇ ਤਾਂ ਫਿਰ ਆਪਣਾ ਲੜ ਖੁੱਲਣ ਦੇ ਜ਼ਿਆਦਾ ਚਾਂਸ ਰਹਿੰਦੇ ਨੇ ਤੇ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਵਟਾ ਨੂੰ ਖਿਲਾਰ ਸਕਦੇ ਹੋ ਖਿਲਾਰ ਕੇ ਤੁਹਾਨੂੰ ਦਾਇਰਾ ਜ਼ਿਆਦਾ ਮਿਲ ਜਾਂਦਾ ਹੈ ਵਟਾ ਨੂੰ ਬਣਾ ਕੇ ਰੱਖਣ ਦਾ ਜਿੰਨੇ ਕਾ ਤੁਸੀਂ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਥੋੜਾ ਮੇਨਟੇਨ ਕਰ ਸਕਦੇ ਹੋ ਤੇ ਨਾਲ ਦੇ ਨਾਲ ਤੁਸੀਂ ਉੱਪਰਲੇ ਹਿੱਸੇ ਤੋਂ ਬੇਸ ਨੂੰ ਅੰਦਰ ਵੀ ਕਰਦੇ ਜਾਣਾ ਹੈ ਤਾਂ ਜੋ ਤੁਹਾਡਾ ਬੇਸ ਉੱਪਰ ਹੀ ਨਾ ਰਹਿ ਜਾਵੇ ਜੇ ਤੁਹਾਡਾ ਬੇਸ ਉੱਪਰ ਰਹਿ ਗਿਆ ਫਿਰ ਤਾਂ ਉਹਨੂੰ ਬੰਨਣ ਦਾ ਕੋਈ ਫਾਇਦਾ ਹੀ ਨਹੀਂ ਠੀਕ ਹੈ ਮੇਰੇ ਦੋਸਤੋ ਇਸ ਗੱਲ ਦਾ ਤੁਸੀਂ ਨਾਲ ਦੀ ਨਾਲ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੇ ਇੱਕ ਗੱਲ ਜ਼ਰੂਰੀ ਹੈ ਜਿਹੜੀ ਉਹ ਵੀ ਮੈਂ ਦੱਸ ਦੇਣਾ ਤੁਹਾਨੂੰ ਇਸ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਓ ਕਿਉਂਕਿ ਕਈ ਐਧਰ ਹੀ ਚੀਜ਼ਾਂ ਹੋਣੀਆਂ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਹਿਲੀ ਵਾਰ ਦੱਸਾਂਗਾ ਕਿਉਂਕਿ ਇਹ ਆਪਣੇ ਛੋਟੇ ਵੀਰਾਂ ਲਈ ਖਾਸ ਦਸਤਾਰ ਦਾ ਟਿਊਟੋਰੀਅਲ ਹੋਣ ਜਾ ਰਹੇ ਹਨ ਕਿਉਂਕਿ ਮੇਰੇ بڑے ਵੀਰ ਕਹਿੰਦੇ ਸੀ ਕਿ 5.5 ਮੀਟਰ ਦੀ ਵਟਾਲੀ ਦਸਤਾਰ ਦੇ ਵਿੱਚ ਦੁਬਾਰਾ ਟਿਊਟੋਰੀਅਲ ਲੈ ਕੇ ਆਵਾਂ ਮੈਂ ਪਹਿਲਾਂ ਵੀ ਪਾਇਆ ਹੋਇਆ ਮੈਂ ਬਟ ਤੁਸੀਂ ਟਾਈਮ ਟੂ ਟਾਈਮ ਥੋੜੇ ਟਾਈਮ ਬਾਅਦ ਜੋ ਮੰਗਦੇ ਰਹਿੰਨੇ ਆ ਇਹਨਾਂ ਦਸਤਾਰਾ ਦਾ ਟਿਊਟੋਰੀਅਲ ਇਸ ਲਈ ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਲਈ ਜਲਦ ਤੋਂ ਜਲਦੀ ਨਾ ਵੀਡੀਓ ਨੂੰ ਲੈ ਕੇ ਆਉਂਦਾ ਰਵਾਂ ਤੇ ਹੁਣ ਮੇਰੇ ਵੀਰੋ ਜਿਵੇਂ ਤੁਸੀਂ ਦੇਖਿਆ ਇਸ ਪੱਲੇ ਨੂੰ ਵੀ ਅਸੀਂ ਰਾਈਟ ਸਾਈਡ ਤੋਂ ਉੱਪਰਲੇ ਹਿੱਸੇ ਤੋਂ ਮੋਟਾ ਕੀਤਾ ਹੈ ਤੇ ਪਹਿਲਾਂ ਅਸੀਂ ਪਹਿਲੇ ਪੱਲੇ ਦੇ ਵੱਟ ਬਣਾਏ ਆ ਫਿਰ ਦੂਜੇ ਪੱਲੇ ਦੇ ਵੱਟ ਬਣਾਏ ਆ ਤੁਸੀਂ ਵੀ ਜਦੋਂ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਤੇ ਤੁਸੀਂ ਵੀ ਬੜੀ ਆਸਾਨੀ ਨਾਲ ਇਹ ਚੀਜ਼ ਕਰੋਗੇ ਤਾਂ ਤੁਹਾਨੂੰ ਇਹ ਚੀਜ਼ ਬਿਲਕੁਲ ਵੀ ਔਖੀ ਨਹੀਂ ਲੱਗੇਗੀ ਜਦੋਂ ਤੁਸੀਂ ਇਹਨੂੰ ਕੰਨਾ ਸ਼ੁਰੂ ਕਰਤਾ ਤੇ ਨਾਲ ਦੇ ਨਾਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਮੂਲਲੇ ਹਿੱਸੇ ਤੋਂ ਵੀ ਦਸਤਾਰ ਨੂੰ ਦੁਬਾਰਾ ਰਿਹਾ ਆ ਉਹਦਾ ਕਾਰਨ ਇਹ ਹੈ ਕਿ ਆਪਣੀ ਦਸਤਾਰ ਜਿਆਦਾ ਬਾਹਰ ਨੂੰ ਨਾ ਜਾਵੇ ਕਿ ਆਪਣੀ ਦਸਤਾਰ ਚੋਂ ਬਾਹਰ ਨਾ ਆਏਗੀ ਤਾਂ ਥੋੜੀ ਜਿਹੀ ਸ਼ੇਪ ਦੇ ਵਿੱਚ ਪ੍ਰੋਬਲਮ ਆਏਗੀ ਗੋਲਾਈ ਦੇ ਵਿੱਚ ਸ਼ੇਪ ਨਹੀਂ ਲੱਗੇਗੀ ਫਿਰ ਲੱਗੇਗੀ ਕਿ ਥੋੜੀ ਜਿਹੀ ਲੰਬੀ ਦਸਤਾਰ ਲੱਗੇਗੀ ਤੇ ਜੇ ਤੁਹਾਡਾ ਕੋਈ ਵਟ ਬਾਕੀ ਵਟਾਂ ਦੇ ਅੰਦਰ ਲੁਕ ਗਿਆ ਤਾਂ ਉਹਨੂੰ ਬਾਹਰ ਜ਼ਰੂਰ ਕੱਢਣਾ ਹੈ ਕਿਉਂਕਿ ਉਹ ਵਟ ਬਣਾਇਆ ਦਾ ਫਾਇਦਾ ਕੀ ਹੈ ਨਹੀਂ ਮਿਹਨਤ ਕਰਨ ਦਾ ਫਾਇਦਾ ਹੀ ਨਹੀਂ ਜੇ ਅਸੀਂ ਵਟ ਨੂੰ ਬਾਹਰ ਨਹੀਂ ਕੱਢਿਆ ਬਣਾ ਕੇ ਠੀਕ ਹੈ ਜੀ ਤੇ ਹੁਣ ਮੇਰੇ ਵੀਰੋ ਇੱਕ ਇੱਕ ਕਰਕੇ ਅਸੀਂ ਸਾਰੇ ਵਟਾਂ ਨੂੰ ਸੈੱਟ ਕਰ ਲੈਣਾ ਤੇ ਬੇਸ ਨੂੰ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਚੰਗੀ ਤਰ੍ਹਾਂ ਅੰਦਰ ਕਰਤਾ ਹੈ ਜਿਹੜੇ ਆਪਣੇ ਢਿੱਲੇ ਮੱਠੇ ਵਾਟਾਂ ਇਹਨਾਂ ਨੂੰ ਸਲਾਈ ਨਾਲ ਅਸੀਂ ਸੈੱਟ ਕਰ ਦੇਣਾ ਇਸ ਹਿੱਸੇ ਤੇ ਤੇ ਮੋਰੋ ਜੀ ਜਦੋਂ ਇਸ ਤਰ੍ਹਾਂ ਦਸਤਾਨੂ ਖੋਲਣਾ ਤਾਂ ਮੋਰੇ ਅੰਗੂਠਾ ਜ਼ਰੂਰ ਰੱਖਣਾ ਹੈ ਇਹਨਾਂ ਤੁਹਾਡੇ ਜਿਹੜੇ ਲੜਾ ਲੜ نیچے ਨਹੀਂ ਗਿਰਦੇ ਠੀਕ ਹੈ ਜਦੋਂ ਵੀ ਤੁਸੀਂ ਰਾਈਟ ਸਾਈਡ ਤੋਂ ਕੋਈ ਵੀ ਪੇਚ نیچے ਖਿੱਚਣਾ ਹੈ ਤਾਂ ਪਹਿਲਾਂ ਇੱਥੋਂ ਜੀ ਫੜ ਕੇ ਰੱਖਣਾ ਹੈ ਲੜ ਨੂੰ ਫਿਰ ਅਸੀਂ نیچے ਨੂੰ ਖਿੱਚਣਾ ਲਿਖੋ ਇਸ ਤਰੀਕੇ ਨਾਲ ਫੜਨਾ ਹੈ ਫਿਰ ਲੜ ਨੂੰ نیچے ਖਿੱਚਣਾ ਇਹਨਾਂ ਤੁਹਾਡੇ ਲੜ ਜਿਹੜੇ ਵਟ ਤੇ ਨਾਲ ਦੀ ਨਾਲ ਹੁਣ ਅਸੀਂ ਥੋੜਾ ਜਿਹਾ ਬਲ ਤੇ ਅੰਨ ਦਵਾਂਗੇ ਹੁਣ ਮੇਰੇ ਵੀਰੋ ਅਸੀਂ ਲਗਾਉਣ ਜਾ ਰਹੇ ਹਾਂ ਰਾਈਟ ਸਾਈਡ ਤੋਂ ਸੈਕਿੰਡ ਲਾਸਟ ਪੇਜ ਇਹਦੇ ਵਿੱਚ ਅਸੀਂ ਇਕੱਲਾ ਸਿੰਗਲ ਪੱਲਾ ਹੀ ਬਾਹਰ ਨੂੰ نیچے ਨੂੰ ਖੋਲਣਾ ਹੈ ਤੇ ਅੰਦਰ ਵਾਲੇ ਪੱਲੇ ਨੂੰ ਓਪਨ ਨੂੰ ਚੱਕ ਦਿੱਤਾ ਆਇਆ ਕਿਉਂਕਿ ਸਾਨੂੰ ਮੋٹے ਹਿੱਸੇ ਦੀ ਲੋਡ ਕੇਵਲ ਉੱਪਰਲੇ ਹੀ ਪਾਸੇ ਤੇ ਹੈ ਤੇ ਉੱਪਰੋਂ ਵੀ ਇਸ ਤਰੀਕੇ ਨਾਲ ਐਡਜਸਟ ਕਰਨਾ ਹੈ ਅਸੀਂ ਕਿ ਕਿਤੇ ਵੀ ਡੰਗ ਨਾ ਰਵੇ ਆਪਣੀ ਦਸਤਾਰ ਦੇ ਵਿੱਚ ਜੇ ਤੁਹਾਡੀ ਦਸਤਾਰ ਦੇ ਵਿੱਚ ਡੰਗ ਆ ਗਿਆ ਤਾਂ ਉਹ ਤੁਹਾਨੂੰ ਦੇਖਣ ਲਈ ਸੋਹਣਾ ਨਹੀਂ ਲੱਗੇਗਾ ਤੇ ਇਸ ਲਈ ਕੱਪੜੇ ਨੂੰ ਐਡਜਸਟ ਕਰਨਾ ਜ਼ਰੂਰ ਸਿੱਖਿਓ ਤੇ ਇਸ ਲਾਂ ਨੂੰ ਅਸੀਂ ਲੜ ਬਣਾ ਕੇ ਹੀ ਰੱਖਾਂਗੇ ਤੇ ਇੱਕ ਵਾਰੀ ਪਿੰਚ ਕੀਤਾ ਅੰਦਰ ਨੂੰ ਫੋਲਡ ਕਰਤਾ ਫੇਰ ਉੱਪਰੋਂ ਜੀ ਕਪੜਾ ਖਿੱਚ ਕੇ ਸਾਰੇ ਲੜ ਨੂੰ ਅਸੀਂ ਸਾਫ਼ ਕਰ ਲੈਣਾ ਤੇ ਫੇਰ ਇਸ ਲੜ ਨੂੰ ਦੁਬਾਰਾ ਅੰਦਰ ਨੂੰ ਪਿੰਚ ਕਰਕੇ ਰੱਖ ਦੇਣਾ ਹੈ ਇਸ ਲੜ ਨੂੰ ਜਿਆਦਾ ਚੌੜਾਈ ਦੇ ਵਿੱਚ ਨਹੀਂ ਲਗਾਉਣਾ ਹੈਗਾ ਨੋਰਮਲ ਜੀ ਚੌੜਾਈ ਦੇ ਵਿੱਚ ਰੱਖਣਾ ਹੈ ਕਿ ਜਿਹੜਾ ਦੇਖਣ ਨੂੰ ਵੀ ਸੋਹਣਾ ਲੱਗੇ ਤੇ ਜਿਆਦਾ ਚੋੜਾ ਵੀ ਨਾ ਲੱਗੇ ਤੇ ਥੋੜਾ ਮੂਹ ਨੂੰ ਕਰਕੇ ਲਗਾਉਣਾ ਹੈ ਇਹਦਾ ਕਾਰਨ ਇਹ ਹੈ ਕਿ ਆਪਾਂ ਜਦੋਂ ਕਲਗੀ ਵਾਲਾ ਪੇਚ ਲਗਾਵਾਂਗੇ ਉਹ ਆਪਣਾ ਪੂਰਾ ਸਿੱਧਾ ਲੱਗੇਗਾ ਮੂਹਰੋਂ ਜੀ ਪੂਰਾ ਦਿਖੇਗਾ ਤੁਹਾਡੀ ਕਲਗੀ ਪਿੱਛੇ ਨੂੰ ਨਹੀਂgirਦੀ ਹੋਈ ਨਜ਼ਰ ਆਵੇਗੀ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬਾਕੀ ਲੜਾਂ ਵਾਂਗ ਸੌਰੀ ਬਾਕੀ ਜਿਹੜੇ ਆਪਣੇ ਵਟ ਨੇ ਉਹਨਾਂ ਵਾਂਗ ਸਿੱਧਾ ਤੇ ਉਹਨਾਂ ਵਾਂਗ ਹੀ ਪਤਲਾ ਰੱਖਣਾ ਹੈ ਠੀਕ ਹੈ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇਸ ਲੜ ਨੂੰ ਥੋੜਾ ਮੋਟਾ ਕਰਕੇ 3D ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਆਪਣੀ ਆਪਣੀ ਸੋਚ ਹੈ ਤੇ ਆਪਣੀ ਆਪਣੀ ਪਸੰਦ ਹੈ ਹਰ ਇੱਕ ਬੰਦੇ ਦੀ ਤੇ ਹੁਣ ਅਸੀਂ ਥੋੜਾ ਸ਼ੇਪ ਵੱਲ ਧਿਆਨ ਦਿੱਤਾ ਹੈ ਕਿ ਜਿਹੜਾ ਸੈਕਿੰਡ ਲਾਸਟ ਲੜ ਲਾਇਆ ਸੀ ਉਹ ਸਾਡੇ ਲਾਸਟ ਲੜ ਤੇ نیچے ਹੋਣਾ ਚਾਹੀਦਾ ਹੈ ਹੁਣ ਅਸੀਂ ਦਸਤਾਰ ਦੇ ਉੱਪਰਲੇ ਹਿੱਸੇ ਤੋਂ ਸਫਾਈ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਲੁੱਪੀ ਲਗਾਈ ਹੈ ਪਿੱਛੇ ਤੇ ਦੂਜੇ ਸ਼ੀਸ਼ੇ ਨਾਲ ਅਸੀਂ ਤੁਹਾਨੂੰ ਸਾਰੀ ਦਸਤਾਰ ਦੀ ਸਫਾਈ ਕਰਕੇ ਦਿਖਾਵਾਂਗੇ ਲੈਫਟ ਸਾਈਡ ਤੋਂ ਵੀ ਪਿਛਲੇ ਹਿੱਸੇ ਤੋਂ ਏਰਾ ਵਟ ਨੇ ਬਸ ਥੀ ਲਿਮਿਟਡ ਵਟਾ ਨੂੰ ਹੀ ਅੰਦਰ ਕਰਨਾ ਹੈ ਤੇ ਉੱਪਰਲੇ ਹਿੱਸੇ ਤੋਂ ਅਸੀਂ ਸਾਰੇ ਜਿਹੜੇ ਵਾਲ ਮਲੇਵੇਂ ਪੈਂਦੇ ਨੇ ਲੜਾ ਦੇ ਵਿੱਚ ਉਹਨਾਂ ਨੂੰ ਨਾਲ ਦੀ ਨਾਲ ਸੈੱਟ ਕਰਨਾ ਹੈ ਦੇਖੋ ਲੈਫਟ ਸਾਈਡ ਤੋਂ ਵੀ ਜੇ ਕੋਈ ਤੁਹਾਡਾ ਪੇਚ ਢਿੱਲਾ ਲੱਗਦਾ ਹੋਵੇ ਉੱਪਰੋਂ ਤਾਂ ਤੁਸੀਂ ਉਹਨੂੰ ਵੀ ਸੈੱਟ ਕਰ ਲਿਓ ਤੇ ਰਾਈਟ ਸਾਈਡ ਤੋਂ ਤਾਂ ਤੁਹਾਨੂੰ ਕਰਨਾ ਹੀ ਪਵੇਗਾ ਕਿਉਂਕਿ ਆਪਾਂ ਉੱਪਰੋਂ ਜੀ ਪੂਰੀ ਸ ਕਿਉਂਕਿ ਅੱਜ ਇਹ ਛੋਟੇ ਵਿਰਾਲੀ ਦਸਤਾਰ ਦਾ ਟਿਊਟੋਰੀਅਲ ਖਾਸ ਹੋਣ ਜਾ ਰਿਹਾ ਹੈ ਇਸ ਲਈ ਅਸੀਂ ਹਰ ਇੱਕ ਪ੍ਰੋਬਲਮ ਨੂੰ ਐਬਸੋਲੂਟਲੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਲਈ ਤੇ ਥੋੜਾ ਜਿਹਾ ਸ਼ੇਪ ਵੱਲ ਧਿਆਨ ਦੇਵਾਂਗੇ ਜੇ ਤੁਸੀਂ ਨੋਕ ਕੱਢਣੀ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਖਿੱਚ ਕੇ ਪ੍ਰੈਸ ਕਰਕੇ ਨੋਕ ਕੱਢ ਸਕਦੇ ਹੋ ਦਸਤਾਰ ਦੀ ਲੈਫਟ ਸਾਈਡ ਤੋਂ ਹੁਣ ਅਸੀਂ ਕਲਗੀ ਵਾਲਾ ਪੇਚ ਲਗਾ ਕੇ ਦਿਖਾਵਾਂਗੇ ਤੁਹਾਨੂੰ ਜਿੰਨੀ ਕੁ ਲੋੜਾ ਉਨਾ ਕਹੀ ਕਲਗੀ ਵਾਲੇ ਪੇਚ ਨੂੰ ਖੋਲਣਾ ਹੈ ਸੀ ਦੋਨੋਂ ਹਿੱਸਿਆਂ ਤੋਂ बराबर ਅੰਦਰ ਫੋਲਡ ਕਰਕੇ ਪਹਿਲਾ ਲੜ ਨੂੰ ਇੱਕ ਵਾਰੀ ਰੱਖ ਲੈਣਾ ਤੇ ਜਿੰਨੀ ਕੁ ਲੋੜ ਆ ਉੱਪਰਲੇ ਜਾਂ ਨਿਚਲੇ ਹਿੱਸੇ ਤੋਂ ਤੁਸੀਂ ਅੰਦਰ ਕਰ ਦੇਣਾ ਮਤਲਬ ਕਿ ਅੰਦਰ ਨੂੰ ਫੋਲਡ ਕਰ ਦੇਣਾ ਬਾਕੀ ਲੜ ਨੂੰ ਕਿਉਂਕਿ ਦੇਖੋ ਜਿਹੜਾ ਲਾਸਟ ਲੜਾ ਜਿਹੜਾ ਤੇ ਜਿਹੜਾ ਕਲਗੀ ਵਾਲਾ ਪੇਜ ਆ ਇਹਦੇ ਉੱਪਰ ਇੰਨੀ ਕਿ ਸਪੇਸ ਛੱਡਨੀ ਆ ਜਿੰਨਾ ਚੌੜਾ ਅਸੀਂ ਲਾਸਟ ਲੜ ਲਗਾਇਆ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਲੜਾ ਇਹ ਮੂਹਰੋਂ ਜੀ ਲੈ ਕੇ ਪਿੱਛੇ ਤੱਕ ਉਹੀ ਲੜ ਸਿੱਧੇ ਜਾਣੇ ਚਾਹੀਦੇ ਨੇ ਦੋ ਦੋ ਲੜ ਨਹੀਂ ਦਿਖਣੇ ਚਾਹੀਦੇ ਸਾਨੂੰ ਕਿਤੇ ਵੀ ਜਿੱਥੇ ਆਪਣੀ ਲੜ ਬਣਦੀ ਹੁੰਦੀ ਹੈ ਅੰਦਰ ਨੂੰ ਫੋਲਡ ਕੀਤੇ ਆ ਤੇ ਹੁਣ ਅਸੀਂ ਕੀ ਕਰਨਾ ਦੋਨੋਂ ਅੱਖਾਂ ਬਰਾਬਰ ਢੱਕ ਕੇ ਪਹਿਲਾਂ ਤਾਂ ਕਲਗੀ ਵਾਲਿਆਂ ਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਖੱਬੇ ਹੱਥ 'ਚ ਕੁਮਾ ਕੇ ਐਕਸ ਬਣਾ ਕੇ ਰੱਖ ਲੈਣਾ ਫਿਰ ਅਸੀਂ ਇੱਕ ਪਿੰਨ ਲੈਣੀ ਹੈ ਪਿੰਨ ਨੂੰ ਆਹਨ ਨੱਕ ਦੀ ਸਿੱਧੇ ਹਿਸਾਬ ਦੇ ਨਾਲ ਸੈਂਟਰ ਦੇ ਵਿੱਚ ਲਗਾਉਣਾ ਹੈ نیچے ਨੂੰ ਪਲੱਸ ਲੈਫਟ ਸਾਈਡ ਨੂੰ ਟੇਢੀ ਠੀਕ ਹੈ ਮੇਰੇ ਦੋਸਤੋ ਤੇ ਹੁਣ ਜਿੰਨੀ ਕੁ ਲੋੜ ਆ ਸਾਨੂੰ ਓਨੀ ਕੁ ਕਲਗੀ ਨੂੰ ਖੋਲ ਕੇ ਅਸੀਂ ਲਗਾ ਦੇਣਾ ਹੈ ਬਾਕੀ ਜਿਹੜੀ ਕਲਗੀ ਆ ਉਹਦੇ ਵਿੱਚ ਵਟ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਹੁਣੇ ਪਾ ਕੇ ਦਿਖਾਵਾਂਗੇ ਜਦੋਂ ਆਪਾਂ ਕਲਗੀ ਵਾਲੇ ਪੇਚ ਨੂੰ ਅੰਦਰ ਕਰ ਦਾਂਗੇ ਜੇ ਤੁਹਾਨੂੰ ਕਲਗੀ ਵਾਲੇ ਲੜ ਦੇ ਵਿੱਚ ਵਟ ਘੱਟ ਲੱਗਦੇ ਹੋਣ ਤਾਂ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਵੀ ਸੈੱਟ ਕਰ ਸਕਦੇ ਹਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਕੁਝ ਇਹੋ ਜਿਹੇ ਚੀਜ਼ਾਂ ਹੋਣਗੀਆਂ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ 'ਚ ਪਹਿਲੀ ਵਾਰ ਦੱਸਾਂਗਾ ਤੇ ਉਸ ਤੋਂ ਪਹਿਲਾਂ ਅਸੀਂ ਉੱਪਰਲੇ ਪੱਲੇ ਤੇ ਜਿਹੜਾ ਕਲਗੀ ਵਾਲਾ ਪੇਚ ਅੰਦਰ ਲਗਾਇਆ ਉਹਦੇ ਉੱਪਰ ਦੋ ਪਿੰਨਾ ਲਗਾ ਲਵਾਂਗੇ ਤਾਂ ਜੋ ਆਪਣਾ ਲੜ ਆਪਣੀ ਜਗ੍ਹਾ ਤੇ ਟਿਕਿਆ ਰਹੇ ਹੁਣ ਦੇਖੋ ਇਸ ਤਰ੍ਹਾਂ ਪਿੰਨ ਕੱਢ ਕੇ ਸਾਰੇ ਲੜਦੇ ਜਿਹੜੇ ਵਟ ਆ ਇਹਨਾਂ ਦੇ ਕੋਲ ਕੀ ਵਾਲੇ ਜਿਹੜੇ ਵਟ ਹਨ ਸਿੱਧੇ ਕਰਕੇ ਇੱਕ ਨੋਕਰ ਤੇ ਲੈ ਗਏ ਅਸੀਂ ਫਿਰ ਅਸੀਂ ਪਿੰਨ ਲੈ ਕੇ ਗਏ ਦੁਬਾਰਾ ਉੱਤੇ ਥੋੜੀ ਸਿੱਧੀ ਕਰਕੇ ਐਨ ਸੈਂਟਰ ਦੇ ਵਿੱਚ ਲਗਾਤੀ ਇਸ ਤਰ੍ਹਾਂ ਠੀਕ ਹੈ ਮੇਰੇ ਦੋਸਤੋ ਹੁਣ ਅਜਿਹਾ ਵਟ ਪੈਨ ਹੈ ਨਾ ਉਹਨੂੰ ਵੀ ਆਪਾਂ ਸਲਾਈ ਨਾਲ ਦੂਰ ਕਰਕੇ ਦਿਖਾਵਾਂਗੇ ਤੁਹਾਨੂੰ ਆਹ ਦੇਖੋ ਇਸ ਤਰ੍ਹਾਂ ਸਲਾਈ ਫੈਣੀ ਆਹ ਦੇਖੋ ਆਪਣਾ ਵਟ ਵੀ ਦੂਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾਉਣ ਲਈ ਕਰ ਰਹੀਆਂ ਕਿ ਮਤਲਬ ਤੁਹਾਨੂੰ ਪਤਾ ਲੱਗ ਜਾਏ ਕਿ ਕਿਹੜੀ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਸੈੱਟ ਕਰਨਾ ਹੈ ਹੁਣ ਅਸੀਂ ਦਸਤਾਰ ਦੇ ਉੱਪਰਲੇ ਹਿੱਸੇ ਨੂੰ ਕੰਪਲੀਟ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਹਿੱਸਾ ਜਿਸ ਸਾਈਡ ਤੇ ਉਹਨੂੰ ਆਊਟ ਸਾਈਡ ਤੇ ਖੋਲ ਲੈਣਾ ਹੈ ਪਿੱਛੋਂ ਲੂਪੀ ਵਾਲਾ ਪੱਲਾ ਖਿੱਚ ਲੈਣਾ ਫਿਰ ਅਸੀਂ ਲੈਫਟ ਸਾਈਡ ਤੋਂ ਕਪੜਾ ਅੰਦਰ ਕਰ ਲਾਂਗੇ ਜਿੰਦਰ ਮਰਜੀ ਪਹਿਲਾਂ ਅੰਦਰ ਕਰ ਲੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਬੇਸ ਦੇ ਵਾਲੇ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਜਰੂਰ ਕਰਨਾ ਕਪੜਾ ਫਿਰ ਪਿੱਛੋਂ ਜੀ ਆਪਾਂ ਲੂਪੀ ਵਾਲਾ ਪੱਲਾ ਚੰਗੀ ਤਰ੍ਹਾਂ ਖਿੱਚ ਲੈਣਾ ਇਹਨਾਂ ਸਾਰਾ ਢਿੱਲਾ ਮਠਾ ਕਪੜਾ ਆਪਣਾ ਪਿੱਛੇ ਨਿਕਲ ਜਾਵੇਗਾ ਤੇ ਹੁਣ ਸਲਾਈਨਾਂ ਚੰਗੀ ਤਰ੍ਹਾਂ ਕਪੜਿਆਂ ਨੂੰ ਅੰਦਰ ਕਰ ਦੇਣਾ ਤੇ ਹੁਣ ਤੁਹਾਨੂੰ ਅਸੀਂ ਲੂਪੀ ਵਾਲਾ ਪੱਲਾ ਲਗਾ ਕੇ ਦਿਖਾਵਾਂਗੇ ਪਹਿਲਾਂ ਲੂਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਹੈ ਤੇ ਕਲਗੀ ਵਾਲੇ ਪੇਚ ਨੂੰ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਲੂਪੀ ਵਾਲੇ ਪੱਲੇ ਦੇ ਅੰਦਰ ਲੈ ਜਾਣਾ ਹੈ ਲੂਪੀ ਵਾਲੇ ਪੱਲੇ ਨੂੰ ਦੋਨਾਂ ਸਾਈਡਾਂ ਤੋਂ ਅੰਦਰ ਕਰ ਲੈਣਾ ਹੈ ਚੰਗੀ ਤਰ੍ਹਾਂ ਖਿੱਚ ਕੇ ਫਿਰ ਨੂੰ ਸਿੱਧਾ ਉੱਪਰ ਚੱਕ ਕੇ ਖਿੱਚ ਕੇ ਲਗਾਉਣਾ ਹੈ ਸੈਂਟਰ 'ਚੋਂ ਫੜ ਲੈਣਾ ਦੇਖੋ ਲੂਪੀ ਵਾਲਾ ਪੱਲਾ ਆਪਣਾ ਜਿਆਦਾ ਚੌੜਾਈ ਦੇ ਵਿੱਚ ਨਾ ਹੋਵੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਤੇ ਫਿਰ ਆਪਾਂ ਕੀ ਕਰਨਾ ਸਲਾਈ ਦੀ ਮਦਦ ਨਾਲ ਦੋਨਾਂ ਹਿੱਸਿਆਂ ਤੋਂ ਢਿੱਲਾ ਮਠਾ ਕਪੜਾ ਵੀ ਅੰਦਰ ਕਰ ਦੇਣਾ ਹੈ ਦੇਖੋ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਤੁਸੀਂ ਵੀ ਹਉ ਬਹੂ ਉਸੇ ਤਰੀਕੇ ਨਾਲ ਕਰਨਾ ਹੈ ਤੇ ਹੁਣ ਅਸੀਂ ਤੁਹਾਨੂੰ ਮੇਰੇ ਵੀਰੋ ਸਾਰੀ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਤੇ ਫਿਰ ਲੈਫਟ ਸਾਈਡ ਤੋਂ ਤੇ ਹੁਣ ਦੁਬਾਰਾ ਤੁਸੀਂ ਦੇਖ ਸਕਦੇ ਹੋ ਰਾਈਟ ਸਾਈਡ ਤੋਂ ਮੇਰੇ ਵੀਰੋ ਬਾਕੀ ਅਸੀਂ ਸਾਰੀ ਦਸਤਾਰ ਦੇ ਦਰਸ਼ਨ ਤਾਂ ਤੁਹਾਨੂੰ ਕਰਾਈ ਚੁੱਕੇ ਹਾਂ ਤੇ ਬਾਕੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਨਵੀਆਂ ਵੀਡੀਓ ਦੇ ਲਿੰਕ ਨੀਚੇ ਡਿਸਕ੍ਰਿਪਸ਼ਨ ਚ ਨੇ ਜਾਂ ਆਈ ਬਟਨ ਦੇ ਜਾ ਕੇ ਦੇਖ ਸਕਦੇ ਹੋ ਹੁਣ ਦਿਓ ਇਜਾਜ਼ਤ ਗੁਰ ਫਤਿਹ ਬਲਾਉ ਜੀ ਵਾਹਿਗੁਰਜੀ